ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਡੇਰਾ ਬਸੀ। ਦੋਸਤੋ ਬੜੀ ਮਤਲਬ ਦੁੱਖ ਭਰੀ ਖਬਰ ਆ ਰਹੀ ਹੈ। ਜੇਕਰ ਆਪਾਂ ਪੰਜਾਬ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ। ਇਕੱਲਾ ਮੋਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਡੇਰਾ ਬਸੀ ਦੀ, ਔਰ ਡੇਰਾ ਬਸੀ ਦੇ ਵਿੱਚ ਪਿੰਡ ਹੈ ਜੀ ਜਵਾਹਰਪੁਰ, ਜਿੱਥੇ ਕਿ ਮਤਲਬ ਉਸ ਏਰੀਏ ਨੂੰ, ਡੇਰਾ ਬਸੀ ਦੇ ਏਰੀਏ ਦੀ ਟੋਟਲ ਦੀ ਗੱਲ ਕਰ ਲਈਏ ਤਾਂ 32 ਜਿਹੜੇ ਕੇਸ ਹੈ ਉਹ ਪੋਜ਼ਿਟਿਵ ਇਸ ਮਹਾਂਮਾਰੀ ਦਾ ਸ਼ਿਕਾਰ ਹੋਇਆਂ ਦੀ ਜਿਹੜੀ ਗਿਣਤੀ ਹੈ ਪੋਜ਼ਿਟਿਵ ਉਹ 32 ਹੋ ਚੁੱਕੀ ਹੈ। ਔਰ ਟੋਟਲ ਜੇ ਸੈਂਪਲ ਜਿਨ੍ਹਾਂ ਦੇ ਟੈਸਟ ਭਰੇ ਗਏ ਸਨ, ਸੈਂਪਲ ਜਿਨ੍ਹਾਂ ਦੀ ਚੈਕਿੰਗ ਵਾਸਤੇ ਸੈਂਪਲ ਲਿੱਤੇ ਗਏ ਸੀ, 170 ਬੰਦਿਆਂ ਦੇ, ਔਰ 70 ਵਿੱਚੋਂ 32 ਬੰਦੇ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ। ਔਰ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ, ਕਿਸ ਤਰ੍ਹਾਂ ਦਾ ਮਾਹੌਲ ਹੈ, ਪੂਰੀ ਖਬਰ ਨੂੰ ਡਿਟੇਲ ਵਿੱਚ ਜਾ ਕੇ ਕੈਪਚਰ ਕੀਤਾ ਸਾਡੇ ਡੇਰਾ ਬਸੀ ਤੋਂ ਸੁਰਿੰਦਰ ਪੁਰੀ ਜੀ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਹੁਣ ਤੱਕ ਦਾ ਉੱਥੇ ਕੀ ਮਾਹੌਲ ਹੈ, ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ। ਪੁਰੀ ਸਾਹਿਬ, ਕੀ ਅਪਡੇਟ ਹੈ ਇਸ ਵੱਡੀ ਖਬਰ ਨੂੰ ਲੈ ਕੇ? ਹਾਂਜੀ ਸਰ, ਸਬ ਡਿਵੀਜ਼ਨ ਡੇਰਾ ਬਸੀ ਵਿੱਚ ਕੋਰੋਨਾ ਦੇ ਪੋਜ਼ਿਟਿਵ ਰਿਪੋਰਟ ਬਤਾਈ ਜਾ ਰਹੀ ਹੈ 32 ਸਰ। ਕੋਰੋਨਾ ਵਾਇਰਸ ਦੀ ਡੇਰਾ ਬਸੀ ਦੇ ਦਸਤਕ, ਡੇਰਾ ਬਸੀ ਦੇ ਸ਼ਕਤੀ ਨਗਰ ਦੇ ਪਹਿਲਾਂ ਇੱਕ ਕੇਸ ਆਇਆ ਸਾਹਮਣੇ। ਡੇਰਾ ਬਸੀ ਦੇ 3 ਕਿਲੋਮੀਟਰ ਦੂਰ ਪਿੰਡ ਜਵਾਹਰਪੁਰ ਵਿੱਚ 31 ਪੋਜ਼ਿਟਿਵ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋ ਚੁੱਕੀ ਹੈ। ਡੇਰਾ ਬਸੀ ਵਿੱਚ ਕੋਰੋਨਾ ਦਾ ਕਹਿਰ ਪੂਰੀ ਤਰ੍ਹਾਂ ਉਭਰਿਆ ਹੈ। ਕੋਰੋਨਾ ਪੋਜ਼ਿਟਿਵ ਕੇਸਾਂ ਦੇ ਸਿਲਸਿਲਾ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਸਿਲਸਿਲਾ ਮੋਹਾਲੀ ਦੇ ਡੇਰਾ ਬਸੀ ਇਲਾਕੇ ਦੇ ਲਗਭਗ 6 ਦਿਨਾਂ ਪਹਿਲਾਂ ਪਾਸ ਲੱਗਦੇ ਪਿੰਡ ਜਵਾਹਰਪੁਰ ਦੇ ਮਲਕੀਤ ਸਿੰਘ ਨਾਂ ਦਾ ਵਿਅਕਤੀ ਕੇਸ ਪੋਜ਼ਿਟਿਵ ਆਇਆ ਸਾਹਮਣੇ। ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਵੱਧਦਾ ਜਾ ਰਿਹਾ ਹੈ। 6 ਦਿਨ ਬੀਤ ਜਾਣੇ ਤੋਂ ਬਾਅਦ ਅੱਜ ਜਵਾਹਰਪੁਰ ਪਿੰਡ ਦਾ ਸਿਲਸਿਲਾ ਸਵੇਰੇ 21 ਸੀ ਤੇ 3 ਕਿਲੋਮੀਟਰ ਅੱਗੇ ਡੇਰਾ ਬਸੀ ਜਵਾਹਰਪੁਰ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੂਰੀ ਤਰ੍ਹਾਂ ਬਣਿਆ ਹੋਇਆ ਹੈ। ਮਨੀਸ਼ ਗੁਪਤਾ ਪੋਜ਼ਿਟਿਵ ਰਿਪੋਰਟ ਆਉਣ ਨਾਲ ਮਨੀਸ਼ ਗੁਪਤਾ ਹੈਲਥ ਡਿਪਾਰਟਮੈਂਟ 64 ਲੋਕਾਂ ਨੂੰ ਸ਼ਕਤੀ ਨਗਰ ਪੂਰੀ ਸੀਲ ਕਰ ਦਿੱਤਾ ਗਿਆ ਹੈ ਜੀ। ਔਰ ਹੁਣ ਤੱਕ ਕਿੰਨੇ ਸੈਂਪਲ ਭਰੇ ਗਏ ਸਨ, 170 ਜਾਂ ਇਸ ਤੋਂ ਵੱਧ ਘੱਟ ਨੇ? ਸਰ 170 ਸੈਂਪਲ ਭਰੇ ਗਏ ਨੇ ਸਰ। ਔਰ ਜੇ ਇਲਾਕੇ ਦੀ ਗੱਲ ਕਰੀਏ ਪੁਰੀ ਸਾਹਿਬ, ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ? ਮੈਂ ਵੇਖ ਰਿਹਾ ਸੀ ਤਸਵੀਰਾਂ ਜਿਹੜੀਆਂ ਕੈਪਚਰ ਕੀਤੀਆਂ ਸੀ, ਮਤਲਬ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਪੂਰੀ ਤਰ੍ਹਾਂ ਸੰਨਾਟਾ ਛਾ ਰਿਹਾ ਸਰ। ਸ਼ਕਤੀ ਨਗਰ ਡੇਰਾ ਬਸੀ ਜਵਾਬ ਪਿੰਡ ਲੱਗਦੇ ਜਵਾਹਰਪੁਰ ਪਿੰਡ ਚ ਪੂਰਾ ਸੰਨਾਟਾ, ਨਾਕੇ ਲੱਗੇ ਗਏ ਆ, ਪੂਰੀ ਫੋਰਸ ਆਈ ਗਈ ਹੈ, ਹੋਰ ਜੀ ਪੰਜਾਬ ਪੁਲਿਸ ਆਈ ਗਈ ਹੈ ਜੀ ਹੋਰ। ਔਰ ਦੂਸਰੀ ਗੱਲ ਹੈ ਕਿ ਇਹਨਾਂ ਲੋਕਾਂ ਦੇ ਫਿਰ ਖਾਣ ਪੀਣ ਦਾ ਕਿਸ ਤਰ੍ਹਾਂ ਇੰਤਜ਼ਾਮ ਕੀਤਾ ਜਾ ਰਿਹਾ ਜੋ ਘਰਾਂ ਦੇ ਅੰਦਰ ਬੰਦ ਨੇ? ਸਰ ਸਰਕਾਰੀ SDM ਸਾਹਿਬ ਡੇਰਾ ਬਸੀ, SHO ਸਾਹਿਬ ਡੇਰਾ ਬਸੀ, DSP ਸਾਹਿਬ ਮੁਬਾਰਕਪੁਰ, ਇਹ ਪੂਰੀ ਫੋਨ ਆ ਰਹੀਆਂ ਕਾਲਾਂ, ਮਤਲਬ ਲਿਸਟਾਂ ਦਿੱਤੀ ਹੋਈਆਂ ਅਫਸਰਾਂ ਨੂੰ ਤੇ ਕਾਲ ਕਰਕੇ ਰਾਸ਼ਨ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਸਰ। ਅਜੇ ਹੋਰ ਸੈਂਪਲ ਲੈਣ ਦੀ ਮਤਲਬ ਕੋਸ਼ਿਸ਼ ਕੀਤੀ ਜਾਏਗੀ ਇਸ ਤੋਂ ਬਾਅਦ? ਹਾਂਜੀ ਹਾਂਜੀ, ਹੋਰ ਸੈਂਪਲ ਲੈਣ ਦੀ ਅੱਜ ਟੈਸਟ ਭਰੇ ਜਾਣਗੇ, ਜਿਹੜੀ ਕੱਲ ਪੋਜ਼ਿਟਿਵ 10 ਰਿਪੋਰਟਾਂ ਪੋਜ਼ਿਟਿਵ ਆਈ ਹੈ ਤੇ ਇੱਕ 1 ਸਾਲ ਦਾ ਬੱਚਾ ਪੋਜ਼ਿਟਿਵ ਰਿਪੋਰਟ ਜਵਾਹਰਪੁਰ ਆਇਆ ਗਿਆ ਸਰ। ਬੜੀ ਦੁੱਖ ਭਰੀ ਖਬਰ ਹੈ, 1 ਸਾਲ ਦਾ ਮਾਸੂਮ ਬੱਚਾ ਜਿਸ ਨੇ ਜ਼ਿੰਦਗੀ 'ਚ ਅਜੇ ਦੇਖਿਆ ਹੀ ਕੁਛ ਨਹੀਂ ਹੈ, ਉਸ ਦੀ ਵੀ ਪੋਜ਼ਿਟਿਵ ਰਿਪੋਰਟ ਆਈ ਹੈ। ਔਰ ਪ੍ਰਸ਼ਾਸਨ ਵੱਲੋਂ ਹੋਰ ਕੀ ਕਦਮ ਚੁੱਕੇ ਜਾ ਰਹੇ ਨੇ? ਜੇਕਰ ਡਾਕਟਰੀ ਸਹੂਲਤਾਂ ਦੀ ਆਪਾਂ ਗੱਲ ਕਰੀਏ ਤਾਂ ਮਾਸਕ ਦੇ ਜਾ ਰਹੇ ਹੈ, ਸੈਨੀਟਾਈਜ਼ਰ ਦਿੱਤੇ ਜਾ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਪੂਰੀ ਹੈਲਪ ਕਰ ਰਹੀ ਹੈ ਜੀ ਚੰਗੀ ਤਰ੍ਹਾਂ।
ਮੋਹਾਲੀ ਜੀ ਪੂਰੇ ਡਿਸਟ੍ਰਿਕਟ ਦੀ ਗੱਲ ਕਰੀਏ ਤੇ ਡੇਰਾਬਸੀ ਹੀ ਜ਼ਿਆਦਾ ਸਭ ਤੋਂ ਜ਼ਿਆਦਾ ਪੀੜਤ ਨਜ਼ਰ ਆ ਰਿਹਾ ਹੈ ਇਸ ਪਿੰਡ ਦੇ ਲੋਕ ਜਿਹੜੇ ਨੇ। ਹਾਂਜੀ ਸਰ, ਪੂਰੀ ਤਰ੍ਹਾਂ ਆ ਰਿਹਾ ਤੇ ਪਰ ਘਰ ਘਰ ਜਾ ਘਰ ਚ ਪੂਰੀ ਮਤਲਬ ਸਹੂਲਤ ਫੈਸਿਲਿਟੀ ਦਿੱਤੀ ਜਾ ਰਹੀ ਹੈ, ਕੋਈ ਵੀ ਐਸੀ ਦਿੱਕਤ ਦੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਰ, ਦਵਾਈਆਂ ਵੀ ਕੀਤੀ ਜਾ ਰਹੀ ਹੈ ਘਰ ਸਪਲਾਈ। ਇਸ ਸੰਬੰਧ ਵਿੱਚ ਕਿਸੇ ਨਾਲ ਕੋਈ ਗੱਲਬਾਤ ਕੀਤੀ ਪੁਰੀ ਸਾਹਿਬ? ਸਰ SDM ਸਾਹਿਬ ਨੇ ਦੱਸਿਆ ਵੀ ਕੋਈ ਵੀ ਪ੍ਰੋਬਲਮ ਆਏ ਮੈਨੂੰ ਕਾਲ ਕਰੋ, DSP ਸਾਹਿਬ ਨੂੰ ਕਾਲ ਕਰੋ, ਕੋਈ ਵੀ ਪ੍ਰੋਬਲਮ ਆਏ ਦਵਾਈਆਂ ਦੀ, ਖਾਣੇ ਦੀ, ਗਰੀਬ ਬੰਦਿਆਂ ਦੀ ਕੋਈ ਵੀ ਜਿਹੜੀ ਪ੍ਰੋਬਲਮ ਆਈ ਹੈ ਸਾਰੀ ਪੂਰੀ ਹੋਣਗੀ ਸਰ। ਪੁਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ, ਔਰ ਬੜੀ ਵੱਡੀ ਖਬਰ ਦੱਸੀ ਹੈ ਇਹਨਾਂ ਨੇ ਕਿ 32 ਜਿਹੜੇ ਹੈ ਟੋਟਲ ਡੇਰਾਬਸੀ 'ਚੋਂ ਹੋ ਚੁੱਕੇ ਨੇ, ਔਰ 31 ਇਕੱਲੇ ਇੱਕੋ ਪਿੰਡ ਦੇ ਨੇ ਜਵਾਹਰਪੁਰ ਦੇ, ਔਰ ਜਿੱਥੇ ਮਤਲਬ ਮਲਕੀਤ ਸਿੰਘ ਦਾ ਨਾਮ ਜਿਹੜਾ ਬਾਰ ਬਾਰ ਆ ਰਿਹਾ। ਖੈਰ ਉਸ ਤੋਂ ਬਾਅਦ ਜੇ ਡੇਰਾਬਸੀ ਸ਼ਹਿਰ ਦੀ ਗੱਲ ਕਰੀਏ ਤਾਂ ਉੱਥੋਂ ਵੀ ਇੱਕ ਪੋਜ਼ਿਟਿਵ ਪਾਇਆ ਗਿਆ ਹੈ, ਔਰ ਉਸ ਤੋਂ ਬਾਅਦ ਉਸ ਮੁਹੱਲੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਔਰ ਮੋਹਾਲੀ ਜ਼ਿਲ੍ਹੇ ਵਿੱਚ ਇਸ ਸਮੇਂ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੈ, ਔਰ ਉਹਨਾਂ ਨੇ ਦੱਸਿਆ ਹੈ ਕਿ ਹੋਰ ਵੀ ਸੈਂਪਲ ਜਿਹੜੇ ਆ ਉਹ ਭਰੇ ਜਾਣਗੇ, ਔਰ ਉਹਨਾਂ ਤੋਂ ਬਾਅਦ ਉਹਨਾਂ ਦੀ ਰਿਪੋਰਟ 'ਤੇ ਨਜ਼ਰ ਰੱਖੀ ਜਾਵੇਗੀ, ਔਰ ਪਿੰਡ ਪੂਰੀ ਤਰ੍ਹਾਂ ਸੀਲ ਹੈ। ਪ੍ਰਸ਼ਾਸਨ ਵੱਲੋਂ ਹਰ ਕਦਮ ਕਦਮ 'ਤੇ ਪਿੰਡ ਵਾਸੀਆਂ ਦੀ ਜਿਹੜੀ ਮਦਦ ਹੈ ਉਹ ਹਰ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਪੁਰੀ ਸਾਹਿਬ ਨੇ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਤੁਸੀਂ ਖੁਦ ਸੁਣ ਸਕਦੇ ਹੋ। 12 118 ਸੈਂਪਲ ਚੋਂ ਆਪਣੇ 11 ਬੰਦੇ ਪੋਜ਼ਿਟਿਵ ਆਏ ਹੈ, ਉਹਨਾਂ ਨੂੰ ਭੇਜ ਦਿੱਤਾ ਗਿਆ ਗਿਆਨ ਸਾਗਰ, ਔਰ ਹੁਣ ਆਪਾਂ ਉਹਨਾਂ ਦੇ ਅੱਗੇ ਕੰਟੈਕਟ ਜਿਹੜੇ ਹੈਗੇ ਅਸੀਂ ਅੱਜ 64 ਸੈਂਪਲ ਲੈ। ਮੈਮ ਹਜੇ ਤੱਕ ਕੋਈ ਪਤਾ ਚੱਲ ਪਾਇਆ, ਕੋਈ ਟਰੈਵਲ ਹਿਸਟਰੀ ਤਾਂ ਸਾਹਮਣੇ ਨਹੀਂ ਆਈ ਸੀ, ਕਿਉਂਕਿ ਪਹਿਲਾਂ ਜਿਹੜਾ ਮਾਮਲਾ ਆਇਆ ਸੀ ਮਲਕੀਤ ਸਿੰਘ ਪੰਚ ਦਾ, ਉਸ ਤੋਂ ਬਾਅਦ ਇਹ ਚੇਂਜ ਜਿਹੜੀ ਅੱਗੇ ਵੱਧਦੀ ਗਈ, ਇਹ ਟਰੈਵਲ ਹਿਸਟਰੀ ਬਾਰੇ ਹੁਣ ਪਤਾ ਚੱਲਿਆ? ਪਹਿਲਾਂ ਇਹ ਦੱਸ ਰਹੇ ਸੀ ਕਿ ਤੁਸੀਂ ਇੱਕ ਜਮਾਤੀ ਇੱਥੇ ਆਈ ਸੀ, ਮਸਜਿਦ ਰਹੀ ਸੀ। ਨਹੀਂ, ਸਾਨੂੰ ਨਹੀਂ ਹਾਲੇ ਕੁਛ ਪਤਾ ਚੱਲਿਆ ਪਹਿਲੇ ਕੇਸ ਦਾ, ਪਰ ਬਾਕੀ ਸਾਰੇ ਕੇਸਿਸ ਦਾ ਉਹਨਾਂ ਦਾ ਕੰਟੈਕਟ ਪਤਾ ਹੀ ਹੈ ਵੀ ਮਨਜੀਤ ਸਿੰਘ। ਠੀਕ ਹੈ, ਅਤੇ ਸਰ ਮੈਡਮ ਅੱਜ ਵੀ ਲਿਖਤੇ ਗਏ ਹੈ ਜਿਹੜੇ ਸੈਂਪਲਸ ਨੇ ਹੋਰ? ਓਕੇ, ਅਤੇ ਹੁਣ ਪੂਰਾ ਮੈਡਮ ਕੁਆਰੰਟਾਈਨ ਜਾਂ ਫਿਰ ਹੋਰ ਲੋਕਾਂ ਨੂੰ ਤੁਸੀਂ ਹਦਾਇਤਾਂ ਕਿਸ ਤਰ੍ਹਾਂ ਦੀ ਅਪੀਲ ਕੀਤੀ ਹੈ ਲੋਕਾਂ ਨੂੰ ਜਿਹੜੇ ਇੱਥੇ ਪਿੰਡ ਵਾਲੀ? ਲੋਕ ਬਹੁਤ ਸ਼ਾਂਤੀ ਨਾਲ ਔਰ ਬੜਾ ਕੋਆਪਰੇਟ ਕਰ ਰਹੇ ਆ, ਆਪਣੇ ਆਪਣੇ ਘਰਾਂ ਵਿੱਚ ਹੈਗੇ ਆ, ਔਰ ਉਹਨਾਂ ਨੂੰ ਇਹ ਕਿਹਾ ਵੀ ਬਿਲਕੁਲ ਮਰੀਜ਼ ਠੀਕ ਹੈਗੇ ਆ, ਉਹਨਾਂ ਨੂੰ ਕੋਈ ਜ਼ਿਆਦਾ ਸਿਮਟਮਸ ਨਹੀਂ ਹੈ, ਔਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਾਕੀ ਆਪਾਂ ਕਰ ਹੀ ਰਹੇ ਹਾਂ ਜਿਹੜੇ ਕੰਟੈਕਟਸ ਵਗੈਰਾ ਹੈਗੇ ਉਹਨਾਂ ਨੂੰ ਆਪਾਂ ਸੈਂਪਲਿੰਗ ਭੇਜ ਰਹੇ ਹਾਂ ਵੀ ਤਾਂ ਕਿ ਕੋਈ ਵੀ ਇੱਥੇ ਪੋਜ਼ਿਟਿਵ ਮਰੀਜ਼ ਨਹੀਂ ਆਪਣਾ ਮਿਸ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ, ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3-1 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ
ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।